पंजाब विधानसभा दी चोणां दी गिणती विच अज हैरानीजनक नतीजे सामने आए हैं। तो सब तो हॉट सीट विधानसभा लंबी दे नतीजे ने सब नूं हैरान करके रख दिता है, जिथों सरदार प्रकाश सिंह बादल साबका मुख्यमंत्री लगातार लंबी हलके तो पांच बार विधायक बने, पर 2022 दीआं इन्हां चोणां दे विच एक सधारण किसान परिवार के गुरमीत सिंह खुडियां हथों हार गए है। विधानसभा चोण नतीजे की गिणती शुरू होंदिआं ही दूसरे राउंड विच गुरमीत सिंह खुडियां ने बढ़त बना ली सी, ते गिणती दे आखिरी राउंड विच आम आदमी पार्टी दे गुरमीत सिंह खुडियां जेतू रहे, जिन्हां ने 11,396 वोटां दे फर्क दे नाल साबका मुख्यमंत्री प्रकाश सिंह बादल नूं हरा के नवा इतिहास सिरज दिता है। गुरमीत सिंह खुडियां नूं 66,313 वोटां मिलियां, जबकि प्रकाश सिंह बादल नूं 54,917 वोटां प्राप्त होईयां, जिस तों बाद आम आदमी पार्टी के लोगों के वर्करा के जोश पाया जा रहा है। पंजाब के लोगों नाल सियासतदान धोखा करते रहे, हौली हौली लोगों ने सोच विचार बनाई कि वह चेहरे लियांदे जाण जिहड़े पंजाब के हमदर्द, तो आम आदमी पार्टी के दिल्ली का केजरीवाल होरां दा जिहड़ा राज प्रबंध सी उहनूं देखदिआं पंजाब के लोगों ने बहुत वड्डा भरोसा कीता है, उस भरोसे ते असीं पूरे भी उतरांगे। ਕਿਹੜੇ ਮੁੱਦੇ ਤੁਹਾਨੂੰ ਲੱਗਦੇ ਵੀ ਕਿਹੜੇ ਮੁੱਦੇ ਹਾਵੀ ਰਹੇ ਜਿਨ੍ਹਾਂ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦਿੱਤਾ? ਮੁੱਦੇ ਤਾਂ ਗਿਣੇ ਹੀ ਨਹੀਂ ਜਾ ਸਕਦੇ ਮੁਲਾਜ਼ਾ ਸਾਹਿਬ। ਵੈਸੇ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ, ਕਿਸਾਨੀ ਦਾ ਜਿਹੜਾ ਦਗਾ ਕੀਤਾ ਅਕਾਲੀ ਦਲ ਨੇ ਕਾਂਗਰਸ ਵਾਲਿਆਂ ਨੇ, ਔਰ ਜਿਹੜੀ ਪੰਜਾਬ ਵਿੱਚ ਨਸ਼ੇ ਦਾ ਵਪਾਰ, ਜਿਹਦੇ 'ਚ ਲੀਡਰ ਵੀ ਔਰ ਕੁਛ ਅਫਸਰ ਵੀ ਜਿਨ੍ਹਾਂ ਨੇ ਸਾਡੀ ਜਵਾਨੀ ਦਾ ਘਾਣ ਕੀਤਾ, ਉਸ ਤੋਂ ਲੋਕ ਬਹੁਤ ਅੱਕ ਚੁੱਕੇ ਆ। ਕੀ ਪਰਵਾਤਮੇ ਕਰ ਰਹੇ ਜੀ ਸਰਕਾਰ ਦੀ? ਹਾਂਜੀ, ਪਹਿਲੇ ਆਧਾਰ ਤੇ ਕੀ ਕੰਮ ਕੀਤੇ ਜਾਣਗੇ ਸਰਕਾਰ ਵੱਲੋਂ? ਪਹਿਲਾ ਤਾਂ ਜਿਹੜਾ ਵੇਖੋ ਸਾਡਾ ਫਰਜ਼ ਬਣਦਾ ਸੀ ਆਪਦੀ ਜਵਾਨੀ ਨੂੰ ਬਚਾਈਏ, ਦੂਸਰਾ ਐਜੂਕੇਸ਼ਨ ਦਾ ਜੋ ਬੁਰਾ ਹਾਲ ਹੋਇਆ ਪਿਆ ਉਹਨੂੰ ਸੁਧਾਰਨ ਤੇ ਮੈਡੀਕਲ ਸੇਵਾਵਾਂ ਉਹਨੂੰ ਸਹੀ ਕਰਨ ਤੇ, ਇਹ ਪਹਿਲੀ ਸਾਡੀ ਜਿਹੜੀ ਡਿਊਟੀ ਬਣਦੀ। ਖੁੱਡੀਆਂ ਸਾਹਿਬ, ਜਿਸ ਤਰੀਕੇ ਨਾਲ ਅੱਜ ਵੱਡੇ ਥੰਮ ਡਿੱਗੇ ਹੈਗੇ ਆ ਬਾਪੂ ਜਗਦੇਵ ਸਿੰਘ ਜੀ ਨੂੰ, ਅੱਜ ਲੰਬੀ ਹਲਕੇ 'ਚੋਂ ਸੱਚੀ ਸ਼ਰਧਾਂਜਲੀ ਨਹੀਂ ਕਿਹਾ ਜਾ ਸਕਦਾ ਜੀ? ਇਸ ਦਾ ਵੀ ਬਹੁਤ ਹਰਦੀਪ ਜੀ, ਜੇ ਕਹੀਏ ਤਾਂ 32 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ, ਲੋਕਾਂ ਨੇ ਉਹਨਾਂ ਨੂੰ ਅੱਜ ਵੀ ਮਨ ਵਿੱਚ ਵਸਾਇਆ। ਜਦੋਂ ਮੈਂ ਇਲੈਕਸ਼ਨ ਲੜਨ ਲਈ ਪਹਿਲੇ ਦਿਨਾਂ 'ਚ ਪਿੰਡਾਂ 'ਚ ਗਿਆ ਸੀ, ਉਸ ਵੇਲੇ ਬਹੁਤ ਜਥੇਦਾਰ ਜੀ ਨੂੰ ਲੋਕ ਯਾਦ ਕਰਦੇ ਸੀ, ਅਤੇ ਮੇਰਾ ਇਸ ਜਿੱਤ ਦੇ ਵਿੱਚ ਉਹਨਾਂ ਦਾ ਵੱਡਾ, ਜੇ ਮੈਂ ਕਹਾਂ ਲਾਈਟ ਆ ਤਾਂ ਉਹਨਾਂ ਦੀ। ਕਹਿੰਦੇ ਮਾਝੇ ਦਾ ਜਰਨੈਲ ਜੇਲ੍ਹ ਦੇ ਵਿੱਚ ਬੈਠਾ, ਪੰਜਾਬ ਦੇ ਵਿੱਚ ਮੁੱਦਾ ਸੀਗਾ ਨਸ਼ੇ ਦਾ, ਚਿੱਟੇ ਦਾ ਮੁੱਦਾ ਸੀ, ਉਸ ਮਾਮਲੇ ਦੇ ਵਿੱਚ ਉਹ ਜੇਲ੍ਹ ਦੀਆਂ ਸਲਾਖਾਂ ਵਿੱਚ ਹੈ, ਲੋਕਾਂ ਦੇ ਵਿੱਚ ਚਰਚਾ ਹੈਗੀ ਹੈ, ਮਜੀਠੀਆ ਬਾਹਰ ਆਉਂਦਾ ਜਾਂ ਆਮ ਆਦਮੀ ਪਾਰਟੀ ਉਹਨੂੰ ਆਪਣੇ ਅੰਜਾਮ ਤੱਕ ਪਹੁੰਚਾਉਂਦੀ? ਜਿਹੜੀ ਚਰਚਾ ਉਸ ਮੁਤਾਬਕ ਤਾਂ ਬਾਹਰ ਨਿਕਲਣਾ ਨਹੀਂ ਚਾਹੀਦਾ। ਮੈਨੂੰ ਨਹੀਂ ਪਤਾ ਪੁਲਿਸ ਨੇ ਕੇਸ ਕਿਹੋ ਜਿਹਾ ਬਣਾਇਆ ਹੋਣਾ, ਕਿਉਂਕਿ ਬਹੁਤ ਗੱਲਾਂ ਇਹੋ ਜਿਹੀਆਂ ਰੱਖ ਦਿੱਤੀਆਂ ਜਾਂਦੀਆਂ, ਲੀਡਰ ਬਚਾਏ ਜਾਂਦੇ ਆ, ਉਹ ਵੇਖਣ 'ਤੇ ਪਤਾ ਲੱਗ ਸਕਦਾ ਕੀ ਕੁਛ ਹੈ, ਪਰ ਜਿੰਨੀ ਚਰਚਾ ਹੈ ਤੋ ਇਹ ਨਹੀਂ, ਬਹੁਤ ਸਾਰੇ ਹੋਰ ਲੀਡਰ ਵੀ ਉਹਦੇ ਵਿੱਚ ਜਾਣੇ ਚਾਹੀਦੇ। ਇੱਕ ਸਾਬਕਾ ਸੀਐਮ ਦੇ ਬਰਾਬਰ ਇਲੈਕਸ਼ਨ ਲੜਨਾ ਅਤੇ ਉਹਨੂੰ ਹਰਾਉਣਾ ਕਿੱਡੀ ਵੱਡੀ ਚੁਣੌਤੀ ਸੀ ਤੁਹਾਡੇ ਲਈ? ਕੋਈ ਚੁਣੌਤੀ ਮੈਂ ਪਹਿਲੇ ਦਿਨੋਂ ਨਹੀਂ ਮੰਨੀ ਸੀ, ਸ਼ਾਇਦ ਆਪਾਂ ਪਹਿਲਾਂ ਵੀ ਮਿਲੇ ਹੋਈਏ, ਮੈਨੂੰ ਚਾਅ ਸੀ ਇਹਨਾਂ ਨਾਲ ਲੜਨ ਦਾ, ਅਤੇ ਮੈਂ ਲੋਕਾਂ ਦਾ ਫਤਵਾ ਉਡੀਕਦਾ ਸੀ, ਉਹ ਬਹੁਤ ਹੱਕ ਵਿੱਚ, ਜਿਵੇਂ ਹਰਦੀਪ ਜੀ ਹੋਰਾਂ ਨੇ ਕਿਹਾ ਜਥੇਦਾਰ ਜੀ ਨੂੰ ਸ਼ਰਧਾਂਜਲੀ ਲਾ ਲਓ, ਆਮ ਆਦਮੀ ਪਾਰਟੀ ਦੀ ਉਹ ਦਿੱਲੀ ਦੇ ਰਾਜ ਪ੍ਰਬੰਧ ਨੂੰ ਵੇਖਦੇ ਹੋ, ਇੱਥੇ ਜਿਹੜਾ ਕਿ ਯੂਥ ਬਹੁਤ ਸਾਡੇ ਨਾਲ ਤੁਰਿਆ, ਕੋਈ 25-30 ਹਜ਼ਾਰ ਦਾ ਧੜਾ ਵੀ ਸਾਡਾ ਜਿਹੜਾ ਵੋਟਾਂ ਦਾ ਹਮੇਸ਼ਾ ਨਾਲ ਰਿਹਾ, ਉਹਨਾਂ ਨੇ ਵੀ ਨਾਲ ਬਹੁਤ ਸਾਥ ਦਿੱਤਾ। ਮੈਨੂੰ ਤਾਂ ਸਮੁੱਚੇ ਵਰਗ ਨੇ, ਮੈਂ ਇੱਕ ਦੀ ਗੱਲ ਨਹੀਂ ਕਹਿ ਸਕਦਾ, ਸਾਰਿਆਂ ਨੇ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਸ਼ਾਇਦ ਅਕਾਲ ਤਖ਼ਤ ਨੇ ਰੁਤਬਾ ਦਿੱਤਾ, ਫਕਰੇ ਕੌਮ ਇੱਕ MLA ਬਣਨ ਦੀ ਖਾਤਰ ਲਿਲਕੜੀਆਂ ਕੱਢੇ ਔਰ ਸ਼ਰਾਬ ਦੇਵੇ ਲੋਕਾਂ ਨੂੰ, ਪੈਸੇ ਵੰਡੇ, ਤੁਸੀਂ ਤੁਹਾਡੀ ਨੌਲੇਜ 'ਚ ਵੀ ਹੋਣਾ 70,000 ਵੋਟ ਇਹਨਾਂ ਨੇ ਪਰਚੇਜ ਕੀਤੀ ਅਤੇ 54,000 ਰੁਪਈਏ। ਆਉਣ ਵਾਲੇ ਦਿਨਾਂ 'ਚ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਧੰਨਵਾਦ ਕਰੋਗੇ ਜਾਂ? ਧੰਨਵਾਦ ਤਾਂ ਮੈਂ ਅੱਜ ਵੀ ਸਾਰੇ ਲੰਬੀ ਹਲਕੇ ਦਾ, ਸਮੁੱਚੇ ਪੰਜਾਬ ਦਾ ਹੀ ਕਰਦਾ, ਮੇਰੇ 'ਤੇ ਤਾਂ ਬਹੁਤ ਹੀ ਦੂਰ ਨੇੜਿਓਂ ਲੋਕਾਂ ਨੇ ਬੜੀ ਤਰਸ ਕੀਤਾ, ਤੋ ਫਿਰ ਆਉਣ ਵਾਲੇ ਦਿਨਾਂ 'ਚ ਪਿੰਡ ਪੱਧਰ 'ਤੇ ਜਾ ਕੇ ਵੀ ਲੋਕਾਂ 'ਚ ਜਦੋਂ ਵੋਟਾਂ ਲੈਣ ਲਈ ਗਏ ਸੀ ਅਤੇ ਧੰਨਵਾਦ ਕਰਨ ਲਈ, ਮੇਰਾ ਪਹਿਲਾ ਫਰਜ਼ ਅੱਜ ਜ਼ਰੂਰ ਜਾ ਕੇ ਲੋਕਾਂ ਦੇ ਘਰ ਘਰ ਤੱਕ ਜਾ ਕੇ ਧੰਨਵਾਦ ਕਰਨ ਦੀ।